ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਜਲਦਾਈ ਰੀਪਰ ਅੱਜ ਪਿੰਡੇ ਅਤੇ ਬਾਕੀ 4-5 ਦਿਨ ਹੋ ਗਏ ਆਪਾਂ ਤੋਂ ਵੀਡੀਓ ਬਣਾ ਕੇ ਪਾ ਨਹੀਂ ਹੋਈ ਯੂਟਿਊਬ 'ਤੇ, ਅਤੇ ਰੀਪਰ ਵੀ ਆਪਣਾ ਬਾਹਰੀ ਚੱਲਦਾ ਸੀ ਦੂਏ ਪਿੰਡ ਅਤੇ ਨਾ ਆਪਣਾ ਜਾ ਹੋਇਆ ਰੀਪਰ ਕੋਲ, ਇਹੀ ਡਰਾਈਵਰੇ 'ਚ ਲਾਉਂਦੇ ਸੀ। ਅਤੇ ਬਾਕੀ ਹੁਣ ਪਿੰਡ ਪਿੰਡੇ ਰਹਿ ਗਿਆ ਕੰਮ, ਤਕਰੀਬਨ ਲਵੀ ਲੱਗ ਚੱਲਿਆ ਕੰਮ, ਅਤੇ ਬਾਕੀ ਆਪਣੀ ਰਹਿੰਦੀ ਆ ਭਾਦਲੇ ਜਿਹੜੀ ਕਣਕ ਵੱਢੀ ਦੀ 12 ਕਿੱਲੇ ਉਹ ਸਾਰੀ ਉਹ ਰਹਿੰਦੀ ਆ, ਅਤੇ ਦੂਰ ਕਰਕੇ ਆਪਾਂ ਨੂੰ ਫਿਰ 3 ਟਰਾਲੀਆਂ ਨਾਲ ਸਰੂਗਾ ਤਾਂ ਟਰਾਲੀ ਮੁੜਿਆ ਕਰੂਗੀ ਏਡੀ ਦੂਰੋਂ। ਅਤੇ ਬਾਕੀ ਪਿੰਡੇ ਦਾ ਘੱਟੇ ਦੀ ਕੰਮ ਆਪਣੇ, ਬਾਹਰੀ ਜ਼ਿਆਦਾ ਤੂੜੀ ਬਣਾਈ ਆ, ਉਹ ਚੱਲਿਆ 250 ਟਰਾਲੀ ਦਾ ਗੇਟ। ਬਾਕੀ ਆਹ ਖੇਤ 'ਚ ਥੋੜ੍ਹਾ ਜਿਹਾ ਲਾਣ ਘੱਟੇ ਆ, ਅਤੇ ਦੇਖੋ ਖਾਲੀ ਵਾਂਗੇ ਚੱਲ ਰਿਹਾ ਟਰੈਕਟਰ। ਬਾਕੀ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ। ਪੀਏ ਲੋਡ ਚੱਲ ਰਿਹਾ ਏ, ਬਾਕੀ ਮੱਕੀਆਂ ਨੂੰ ਪਾਣੀ ਚੱਲ ਰਿਹਾ ਪੂਰਾ, ਅਤੇ ਲਾਈਟ ਦਾ ਟਾਈਮ ਵੀ ਚੇਂਜ ਹੋ ਗਿਆ ਆਪਣੇ ਏਰੀਏ 'ਚ, 9 ਵਜੇ ਤੋਂ 5 ਵਜੇ ਤੱਕ ਕਰਤੀ, 8 ਘੰਟੇ ਆਇਆ ਕਰੂਗੀ। ਹੁਣ ਇਹ ਨਹੀਂ ਪਤਾ ਵੀ ਰੋਜ਼ ਦਿਆ ਕਰਨਗੇ ਜਾਂ ਵੀ ਇੱਕ ਦਿਨ ਛੱਡ ਕੇ, ਦੇਖਦੇ ਹਾਂ ਵੀ ਕੱਲ੍ਹ ਨੂੰ ਦੇਣਗੇ ਲਾਈਟ ਜਾਂ ਨਹੀਂ। ਬਾਕੀ ਆਪਾਂ ਚਲਾਉਂਦੇ ਹਾਂ ਹੁਣ ਟਰੈਕਟਰ, ਸਾਰੇ ਸੀਜ਼ਨ ਆਪਾਂ ਬੈਠੇ ਨਹੀਂ ਹੈਗੇ ਰੀਪਰ 'ਤੇ, ਅਤੇ ਲੈਂਦੇ ਹਾਂ ਮਾੜਾ ਮੋਟਾ ਸਵਾਦ ਚਲਾ ਕੇ। ਆਹ ਟਰਾਲੀ ਭਰੇ ਤੋਂ ਬਾਅਦ ਫਿਰ ਆਪਾਂ ਬਣਾਉਂਦੇ ਹਾਂ, 5-7 ਟਰਾਲੀਆਂ ਜਿਹੜੀਆਂ ਬਣਨਗੀਆਂ। ਬਾਕੀ ਸ਼ਾਮ ਦਾ ਟਾਈਮ ਹੋ ਚੱਲੇ ਆ, 4 ਵਜੇ, ਉਹੀ ਆਪਾਂ 8-9 ਵਜੇ ਤੱਕ ਚਲਾਉਂਦੇ ਹੁੰਦੇ ਹਾਂ ਰੀਪਰ। ਹੁਣ ਥੋੜ੍ਹਾ ਥੋੜ੍ਹਾ ਰਹਿ ਗਿਆ ਕੰਮ, ਬਾਕੀ ਹੈਲਪਰ ਸਾਹਿਬ ਬੈਠੇ ਨੇ, ਪੁੱਛਦੇ ਹਾਂ ਇਹਨੂੰ ਕੀ ਗੱਲਬਾਤ ਆ। ਬੈਰਿੰਗ ਟੁੱਟ ਗਿਆ ਜੀ ਅੱਜ ਥਰੈਸ਼ਰ ਦਾ, ਗੈਰ ਡਰੰਮ ਦਾ ਜਿਹੜਾ ਮੇਨ ਆ ਥਰੈਸ਼ਰ ਦਾ, ਆਹੀ ਟਰਾਲੀ ਹੋਰ ਦਾ ਹਨਾ ਕੱਟਿਆ ਲਾਣ, ਆਹੀ ਬਣੂ ਮਸਾ ਹਨਾ। ਤੇ ਤੇਰੇ ਵਾਲੀ ਲੇਬਰ ਕਿੱਥੇ ਉੱਥੇ ਚੱਲਦਾ ਸ਼ਾਹਪੁਰ ਕਾਨਪੁਰੇ, ਹੁਣ ਲਵੀ ਲੱਗ ਚੱਲਿਆ ਕੰਮ, ਰਹਿ ਗਿਆ ਥੋੜ੍ਹਾ, ਹਾਂ ਥੋੜ੍ਹਾ ਜਿਹਾ ਰਹਿ ਗਿਆ ਤਾਂ ਲਾਣ ਵੀ ਸੁੱਕ ਗਏ, ਹੁਣ ਤਾਂ ਉਹੀ ਭੁਰੇ ਪਏ ਨੇ। ਉਹਦਾ ਪਹਿਲਾਂ ਹੀ ਹੁੰਦਾ ਸੀਜ਼ਨ 'ਚ ਯਾਰ, ਹਫ਼ਤਾ ਪਹਿਲਾਂ ਜਦ ਮਾੜਾ ਹੋਇਆ ਥੋੜ੍ਹਾ ਜਿਹਾ ਟਰੈਕਟਰ ਔਖਾ ਚੱਲਦਾ, ਹੁਣ ਤਾਂ ਇਹ ਭੱਜਿਆ ਫਿਰਦਾ, ਅਤੇ ਲਾਣ ਵੀ ਘੱਟੇ ਨੇ ਕਣਕਾਂ ਦੇ, ਜਿਹੜੀ ਮੰਨ ਲਾ ਸਵੇਰੇ ਜਾਂ ਸ਼ਾਮ ਨੂੰ ਮਾੜੀ ਮੋਟੀ ਵੱਢੀ ਹੋਈ ਆ ਉਹਦਾ ਲਾਣ ਹੈਗਾ ਵਧੀਆ। ਟਾਪੇ ਵਾਲਾ ਦਾਣੇ ਕੱਢਦਾ ਕਰੋ, ਟਾਪਾ ਭਰ ਜਾਂਦਾ, ਉਹਦਾ ਕੀ ਫਾਇਦਾ ਵਜਨ ਚੱਕੇ ਦਾ ਮਗਰ, ਜਾਂ ਅਗਲੇ ਨੂੰ ਕਹਿ ਪੱਲੀ ਲਿਆ ਭਾਈ ਆਪਣੇ ਦਾਣੇ ਘੜਾ ਲਾ।
ਬਹਿਨੇ ਆ ਜਾ ਕੇ ਆਪਾਂ ਦੇਖਦੇ ਹਾਂ ਝੱਟ ਨੱਤਰ ਵੀ ਲਾ ਕੇ ਦੇਖਣਾ ਸੀ ਆਪਾਂ ਉਹ ਟਾਈਮ ਹੀ ਨਹੀਂ ਮਿਲਿਆ ਹੈਗਾ ਹੁਣ ਸੀਜ਼ਨ ਵੀ ਲਵੇ ਲੱਗ ਚੱਲੇ ਆ ਜਿੱਦਣ ਆਪਾਂ ਆਪਣੇ ਮਨਾਵਾਂਗੇ ਫਿਰ ਨੱਤਰ ਦੇ ਚਲਾਵਾਂਗੇ ਰੀਪਰ ਨੂੰ ਦੇਖਦੇ ਹਾਂ ਵੀ ਕਿਵੇਂ ਚੱਲਦਾ ਰੀਪਰ ਨੂੰ ਉਹ ਟਰਾਲੀ ਖਾਲੀ ਟਰਾਲੀ ਹਜੇ ਆਈ ਨਹੀਂ ਆ ਜਾਵੇ ਫਿਰ ਅਤੇ ਆ ਰਹਿ ਗਏ ਪੰਜ ਸੱਤ ਗੇੜੇ ਹੋਊਗਾ ਉਹੀ ਅੱਧੀ ਕੁ ਟਰਾਲੀ ਦਾ ਗੇੜ ਇਹ ਬਣਾ ਕੇ ਫਿਰ ਚੱਲਦੇ ਹਾਂ ਦੂਏ ਪਾਸੇ ਅਤੇ ਡਰਾਈਵਰ ਨੂੰ ਆਪਾਂ ਦਵਾਤਾ ਆਰਾਮ ਉਹ ਪਿਆ ਸਾਹਮਣੇ ਪਹੀ 'ਚ ਅਤੇ ਮੈਂ ਕਿਹਾ ਵੀ ਮੈਂ ਭਰਦਾ ਪੰਜ ਚਾਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਅਤੇ ਹੈਲਪਰ ਸਾਹਿਬ ਮਾਰ ਰਹੇ ਨੇ ਕੱਪੜਾ ਜ਼ਿਮੀਂਦਾਰ ਰੀਪਰ ਆਪਣਾ ਬਾਰਨ ਦਾ ਬਣਿਆ ਹੋਇਆ ਪਟਿਆਲੇ ਕੋਲ ਸਰਹੰਦ ਰੋਡ ਬਾਰਨ ਪਟਿਆਲਾ ਅਤੇ ਵਧੀਆ ਰੀਪਰ ਚੱਲਦਾ ਆਪਣੇ ਕੋਲ ਚੌਥਾ ਸੀਜ਼ਨ ਆ ਅਤੇ ਕੋਈ ਪ੍ਰੋਬਲਮ ਨਹੀਂ ਆਈ ਅਤੇ ਵਧੀਆ ਲੋਹਾ ਬਣਿਆ ਲੱਗਿਆ ਹੋਇਆ ਇਹਨੂੰ ਹੈਵੀ ਚਾਦਰ ਅਤੇ ਪੱਖਿਆਂ ਵਾਲੇ ਘੇਰੇ ਘੂਰੇ ਵੀ ਉੱਦਾਂ ਹੀ ਪਏ ਨੇ ਅਤੇ ਪੱਖੇ ਵੀ ਨਾਲ ਦੇ ਹੀ ਨੇ ਜਿਹੜੇ ਆ ਪਿੱਛੇ ਹੁੰਦੇ ਨੇ ਤੂੜੀ ਵਾਲੇ ਅਤੇ ਐਨ ਵਧੀਆ ਚੱਲਦਾ ਆਹ ਬੈਰਿੰਗ ਜ਼ਰੂਰ ਪੈ ਗਿਆ ਐਤਕੀ ਇੱਕ ਆਹ ਪੈ ਗਿਆ ਪੱਖਿਆਂ ਵਾਲਾ ਇੱਕ ਥਰੈਸ਼ਰ ਵਾਲਾ ਬੈਰਿੰਗ ਟੁੱਟ ਗਿਆ ਦੀ ਉਹ ਪਵਾਇਆ ਜੀ ਬਾਕੀ ਓਕੇ ਆ ਰਿਪੋਰਟ ਐਨ ਪੂਰਾ ਵਧੀਆ ਚੱਲਦਾ ਅਤੇ ਬਾਕੀ ਇਹਦੀ ਪੁਲੀਆਂ ਦੀ ਸੈਟਿੰਗ ਹੈਗੀ ਆ ਸਵਰਾਜ ਟਰੈਕਟਰ ਦੀ 16-10 ਦੀ ਪੁਲੀ ਪਾਈ ਹੋਈ ਆ ਬੜੀ ਪੁਲੀ ਹੈਗੀ ਆ 16 ਦੀ ਅਤੇ ਪਿਛਲੀ ਹੈਗੀ ਆ 10 ਦੀ ਅਤੇ ਆਹ ਪੁਲੀ ਪਾਈ ਹੋਈ ਆਪਣੀ ਆਹ ਵੀ 10 ਦੀ ਉਹ ਜਿਹੜੀ ਮੂਹਰੇ ਰੀਲਰ ਕਟਰ ਨੂੰ ਰੀਲਰ ਸਟੈਪ ਚੱਲਦੀ ਹੈ ਜਿਹਦੇ ਨਾਲ ਟਰੈਕਟਰ ਨੂੰ ਵੀ ਹੋ ਗਏ ਪੰਜ ਛੇ ਸੀਜ਼ਨ ਹੋ ਗਏ ਚੱਲਦੇ ਨੂੰ
ਨਾਲ ਦਿਓ ਕਲੱਚ ਪਲੇਟ ਆ ਸਵਰਾਜ ਦੀ, ਅਤੇ ਪੂਰਾ ਵਧੀਆ ਟਮਾਟਰ ਹੀ ਟਰੈਕਟਰ ਤਾਂ ਹੀ 9 ਚੱਲਦਾ 854 ਦਾ। ਅਤੇ ਬਾਕੀ ਆਪਣੇ ਏਰੀਏ ਦੱਸਿਓ ਤੁਸੀਂ ਸਾਰੇ ਕਮੈਂਟ ਕਰਕੇ ਵੀ ਤੁਹਾਡੇ ਨਿਬੜ ਗਿਆ ਕੰਮ ਤੂੜੀ ਦਾ ਜਾਂ ਹਜੇ ਚੱਲਦਾ ਹੈ। ਸਾਡੇ ਤਾਂ ਤਕਰੀਬਨ ਲਵੀ ਲੱਗ ਗਿਆ ਮੱਕੀਆਂ ਕਰਕੇ ਅਤੇ ਆਲੂ ਦਾ ਏਰੀਆ ਕਰਕੇ ਸਾਡੇ ਕਣਕ ਘੱਟੇ ਹੁੰਦੀ ਆ। ਆਪਾਂ ਵੀ ਐਤਕੀ ਬਾਹਰੀ ਸੀਜ਼ਨ ਲਾਇਆ ਤਕਰੀਬਨ ਸਾਰੇ ਹੀ। ਉਹ ਇੱਧਰ ਕਿੱਧਰ ਨੂੰ ਲਈ ਜਾਂਦਾ ਹੁਣ, ਇੱਧਰ ਕਿੱਧਰ ਨੂੰ ਕਹਿੰਦਾ ਜੀ ਇਹਨਾਂ ਨੇ ਫੋਰਮੈਨਾਂ ਨੇ ਮਾਰ ਲਿਆ ਸਾਨੂੰ ਡਰਾਈਵਰਾਂ ਨੇ। ਉਹ ਕਹਿੰਦਾ ਹੁਣ ਮੇਰੇ ਕੋਲ ਲਿਆ ਕੇ ਇੱਥੇ ਖੜਾ, ਇੱਥੋਂ ਵੀ ਤੁਰ ਕੇ ਜਾਣਾ ਨਾ ਪੈ ਜਾਵੇ ਟਰੈਕਟਰ ਕੋਲ, ਵੀ ਟਰੈਕਟਰ ਕੋਲ ਲਿਆ ਮੇਰੇ, ਵੀ ਟਰਾਲੀ ਪਾ ਕੇ ਜਦ ਤੁਰ ਜਾਵਾਂਗੇ ਜਦ ਖਾਲੀ ਆ ਗਈ। ਬਾਕੀ ਟਰਾਲੀ ਵੀ ਆਪਾਂ ਫੁੱਲ ਭਰਦੇ ਹਾਂ ਜਦੋਂ ਮੰਨ ਲਓ, ਆਹ ਦੇਖ ਲਓ ਇਹ 'ਚ ਵੀ ਤੂੜੀ ਆ ਹਲੇ, ਜਾਂ ਪੂਰੀ ਟਰਾਲੀ ਦੀ ਭਾਫ ਜੀ ਬੰਦ ਹੋ ਜਾਂਦੀ ਆ ਉੱਪਰੋਂ ਜਾਲੀ ਦੇ, ਫਿਰ ਟਰਾਲੀ ਗੱਡੀ ਦੀ ਆ। ਐਨ ਪੂਰਾ ਵਧੀਆ ਕੰਮ ਕਰਦੇ ਹਾਂ ਅਗਲੇ ਦੇ। ਉਹ ਗਰਮ ਨਾ ਹੋਵੇ ਦੇਖ ਲਈ ਫਿਰ ਬੰਦ ਕਰੀ। ਹਾਂ ਡਰਾਈਵਰ ਸਾਹਿਬ, ਤੂੰ ਪੈ ਸ਼ਾਮਾਂ ਜੇ ਮੈਂ ਅੱਜ ਲਾਉਣਾ 5-4 ਟਰਾਲੀਆਂ ਬਣਾਉਣਾ, ਠੀਕ ਆ, ਤੂੰ ਕਰ ਆਰਾਮ। ਬੈਲਟ ਠੋਕੀ ਫਿਰਦਾ ਦੇਖੋ, ਭੋਰਾ ਕੰਡ ਨਹੀਂ ਹੈਗੀ, ਸੀਟ 'ਤੇ ਬਹਿ ਕੇ ਚਲਾਉਣਾ ਹੈ, ਆਹ ਹੈਲਪਰ ਕੁਛ ਨਹੀਂ ਕਰਦਾ ਹੈਗਾ, ਕਹਿ ਕੇ ਕੱਪੜਾ ਮਰਾਉਣਾ ਪੈਂਦਾ। ਸ਼ਾਮਾਂ 'ਚ ਬੈਠਾ ਫੋਨ ਚਲਾਈ ਜਾਂਦਾ, ਇੰਡੀਆ ਦੀ ਪਤਾ ਨਹੀਂ ਕਿਹੜੀ ਕਿਹੜਾ ਗਾਣਾ ਸੁਣਦਾ, ਸਾਗਰ ਦੀ ਬੋਟੀ ਉਹ ਸੁਣੀ ਜਾਂਦਾ ਇਹ। ਹੈਂ ਜੀ, ਖਾਲੀ ਟਰਾਲੀ ਭਰੀ ਹੋਈ ਪਵਾਤੀ ਆਪਾਂ, ਅਤੇ ਹੁਣ ਚਾਹ ਪੀ ਕੇ ਫਿਰ ਪਾ ਕੇ ਟਰਾਲੀ ਲੱਗਦੇ ਹਾਂ ਬਣਾਉਣ, ਜਿਹੜੀ ਅੱਧੀ ਟਰਾਲੀ ਰਹਿੰਦੀ ਆ, ਫਿਰ ਇਹਦੇ ਨਾਲ ਆ ਮੱਕੀ ਤੋਂ ਉੱਪਰਲੇ ਪਾਸੇ ਜਾਣਾ ਇੱਧਰਲੇ ਬਣਾਉਣੀ ਆ, ਉੱਥੇ ਵੀ ਹੈਗੇ ਨੇ 2 ਕਿੱਲੇ ਨੇ ਉਹਦੇ। ਹੈ ਰਘੂ, ਉਹ ਬਣਾ ਦਿਓ ਫਿਰ, ਉਹਦੀ ਬਣਾਉਣੀ ਆ ਗੁਰੀ ਦੀ। ਚਾਹ ਪੀ ਗਿਆ, ਬਣਾ ਦਿਓ ਫਿਰ ਗੁਰੀ ਦੀ ਬਣਾ ਦਿੰਦੇ ਹਾਂ, ਅਤੇ ਹਲੇ ਮੈਂ ਮੱਕੀ ਮੁੱਕੀ ਦਾ ਪਾਣੀ ਦੇ ਕੇ ਆਉਣਾ। ਪਾਤੀ ਜੀ ਖਾਲੀ ਟਰਾਲੀ, ਅਤੇ ਹੁਣ ਇਹ ਬਣਾ ਕੇ ਜਿਹੜੀ ਅੱਧੀ ਟਰਾਲੀ ਆ ਬਣਾ ਲੈਣਗੇ, ਫਿਰ ਖਾਲੀ ਟਰਾਲੀ ਆਜੂਗੀ ਅਤੇ ਫਿਰ ਚੱਲਦੇ ਹਾਂ ਦੂਏ ਖੇਤ 'ਚ ਬਣਾਉਣ ਪਰਲੇ ਪਾਸੇ ਆ ਮੱਕੀ ਤੋਂ, ਅਤੇ ਆਪਾਂ ਦੇਖਦੇ ਹਾਂ ਜਾ ਕੇ ਮੱਕੀ ਦਾ ਪਾਣੀ ਪੂਣੀ, ਨਾਲੇ ਦਿਖਾਉਂਦੇ ਹਾਂ ਤੁਹਾਨੂੰ ਵੀ ਮੱਕੀ ਕਿਵੇਂ ਖੜੀ ਆ ਆਪਣੀ, ਅਤੇ ਛੱਲੀ ਲੱਗਣ ਲੱਗ ਗਈ ਮੱਕੀ ਨੂੰ, ਅਤੇ ਪਾਣੀ ਚੱਲਦਾ ਹੁਣ ਗਿੱਲੀ ਗਿੱਲੀ ਨੂੰ ਮੋੜ ਦੀ ਦਾ, ਅਤੇ ਧੁੱਪਾਂ ਵੀ ਬਹੁਤ ਜ਼ਿਆਦਾ ਤੇਜ਼ ਆ, ਅਤੇ ਗਰਮੀ ਜ਼ਿਆਦਾ ਕਰਕੇ ਖੇਤ ਸੁੱਕੀ ਜਾਂਦਾ ਹੇਠੋਂ, ਅਤੇ ਇੱਕ ਹਵਾ ਬਹੁਤ ਜ਼ਿਆਦਾ ਚੱਲਦੀ ਆ, ਪਸ਼ਵਾ ਸੁਕਾਈ ਜਾਂਦੀ ਆ ਖੇਤ ਨੂੰ। ਦੇਖੋ ਆਹ ਮੱਕੀ ਪੂਰੀ ਸ਼ਾਨਦਾਰ ਖੜੀ ਐਨ ਪੂਰੀ, ਅਤੇ ਆਪਣਾ ਇੰਸਟਾਗ੍ਰਾਮ ਨੂੰ ਵੀ ਫੋਲੋ ਕਰੋ, ਅਤੇ ਫੇਸਬੁੱਕ 'ਤੇ ਵੀ ਪੇਜ ਆ ਆਪਣਾ, ਉਹਨੂੰ ਵੀ ਫੋਲੋ ਕਰੋ ਜਾ ਕੇ, MS 92 ਅਤੇ ਯੂਟਿਊਬ ਨੂੰ ਵੀ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜੇ ਕਿਸੇ ਵੀਰ ਨੇ ਨਹੀਂ ਕਰਿਆ।